प्यारे बच्चो, कल आपां तुहाडी जनरल पंजाबी दी पाठ पुस्तक 12वीं श्रेणी दे विच्चों हरभजन सिंह जी द्वारा रचित कविता मेरा बचपन दा अध्ययन कीता सी। अज मैं तुहानू इस कविता दे उत्ते दूसरा लैक्चर देन जा रहा हां। इस दूसरे लैक्चर दे विच आपां तुहाडे इस कविता दे अंत विच दित्ते गए अभ्यास लई जिहड़े प्रश्न ने उन्हां ते जिहड़ा है चर्चा करांगे। ए जिहड़ा लैक्चर है मेरा, मैं सुरेश कुमार प्रिंसीपल सरकारी सीनियर सैकेंडरी स्कूल लड़के गुरु और सहाय अपने जिहड़ा स्कूल दे बने यूट्यूब चैनल GSSS बॉयज गुरु और सहाय दे उत्ते जिहड़ा अपलोड करवा रहा ਤਾਂ ਜੋ COVID-19 ਪੈਂਡੇਮਿਕ ਦੀ ਪ੍ਰੋਬਲਮ ਕਰਕੇ ਜਿਹੜੇ ਸਕੂਲ ਬੰਦ ਪਏ ਨੇ ਤੁਸੀਂ ਘਰਾਂ ਵਿੱਚ ਹੋ, ਤੁਹਾਡੇ ਲਈ ਆਨਲਾਈਨ ਸਟੱਡੀ ਦਾ ਪ੍ਰਬੰਧ ਕੀਤਾ ਗਿਆ ਹੈ। ਤੁਸੀਂ ਇਹ ਲੈਕਚਰ ਜਿਹੜੇ ਨੇ ਕਿਸੇ ਵੀ ਵੇਲੇ ਆਪਣੇ ਸਕੂਲ ਦੇ ਬਣੇ ਯੂਟਿਊਬ ਚੈਨਲ ਦੇ ਉੱਤੇ ਜਾ ਕੇ ਸਰਚ ਮਾਰ ਕੇ ਨਾ ਕੇਵਲ 12ਵੀਂ ਸ਼੍ਰੇਣੀ ਬਲਕਿ 6ਵੀਂ ਤੋਂ 12ਵੀਂ ਸ਼੍ਰੇਣੀ ਦੇ ਸਾਰੇ ਲੈਕਚਰ ਜਿਹੜੇ ਤੁਸੀਂ ਜਾ ਕੇ ਸਰਚ ਕਰ ਸਕਦੇ ਹੋ ਤੇ ਆਪਣੀ ਪੜ੍ਹਾਈ ਜਿਹੜੀ ਹੈ ਉਹ ਜਾਰੀ ਰੱਖ ਸਕਦੇ ਹੋ। ਇਸ ਕਰਕੇ ਆਪਣੇ ਸਕੂਲ ਦੇ ਬਣੇ ਯੂਟਿਊਬ ਚੈਨਲ ਨੂੰ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਸਬਸਕ੍ਰਾਈਬ ਕਰੋ, ਸ਼ੇਅਰ ਕਰੋ, ਲਾਈਕ ਕਰੋ ਤੇ ਆਪਣੇ ਯਾਰਾਂ ਦੋਸਤਾਂ ਨੂੰ ਜਿਹੜਾ ਇਸ ਦੇ ਲਿੰਕ ਵੱਧ ਤੋਂ ਵੱਧ ਭੇਜੋ ਤਾਂ ਜੋ ਉਹ ਆਪਣੀ ਜਿਹੜੀ ਹੈ ਪੜ੍ਹਾਈ ਜਿਹੜੀ ਹੈ ਆਨਲਾਈਨ ਵਧੀਆ ਢੰਗ ਦੇ ਨਾਲ ਕਰ ਸਕਣ। ਕੱਲ ਬੇਟਾ ਆਪਾਂ ਜਿਹੜਾ ਹੈ ਕਵਿਤਾ ਦੇ ਵਿੱਚ ਤੁਹਾਨੂੰ ਮੈਂ ਕਰਾਇਆ ਸੀ ਵੀ ਇਸ ਕਵਿਤਾ ਦੇ ਵਿੱਚ ਇੱਕ ਉਸ ਜਿਹੜਾ ਹੈ ਵਿਅਕਤੀ ਦੇ ਨੌਜਵਾਨ ਦੇ ਜਿਹੜਾ ਹੈ ਮਨੋਭਾਵ ਨੂੰ ਵਿਅਕਤ ਕੀਤਾ ਗਿਆ ਹੈ ਜਿਸ ਦੇ ਪਿਤਾ ਦੀ ਮੌਤ ਜਿਹੜੀ ਸੀ ਉਹ ਬਚਪਨ ਵਿੱਚ ਹੀ 2-3-4 ਜਾਂ 5 ਸਾਲ ਦੀ ਉਮਰ ਦੇ ਵਿੱਚ ਜਿਹੜਾ ਹੈ ਉਹ ਹੋ ਗਈ ਸੀ ਤੇ ਉਸ ਦਾ ਜਿਹੜਾ ਸਾਰੇ ਦਾ ਸਾਰਾ ਬਚਪਨ ਜਿਹੜਾ ਹੈ ਪਿਤਾ ਵਿਹੋਣਾ ਬੀਤਿਆ ਸੀ ਤੇ ਇਸ ਕਵਿਤਾ ਦੇ ਵਿੱਚ ਜਿਹੜਾ ਮਤਲਬ ਇਹ ਵੀ ਸਾਨੂੰ ਦੱਸਣ ਦੀ ਜਿਹੜੀ ਮੈਂ ਆਪਾਂ ਪੜ੍ਹਿਆ ਸੀ ਕੋਸ਼ਿਸ਼ ਕੀਤੀ ਗਈ ਹੈ ਵੀ ਜਿਸ ਜਿਹੜਾ ਹੈ ਨਾਰ ਦਾ ਜਿਸ ਮੁਟਿਆਰ ਦਾ ਜਿਹੜਾ ਇਹ ਪਤੀ ਦੀ ਮੌਤ ਹੋ ਜਾਂਦੀ ਹੈ ਤੇ ਸਾਡੇ ਸਮਾਜ ਦੇ ਵਿੱਚ ਜਿਹੜੀ ਗਲਤ ਮਾਨਸਿਕਤਾ ਰੱਖਣ ਵਾਲੇ ਲੋਕ ਨੇ ਜਿਹੜੇ ਕਾਮੁਕ ਨਜ਼ਰਾਂ ਰੱਖਣ ਵਾਲੇ ਲੋਕ ਨੇ ਜਿਹੜੇ ਉਹਨਾਂ ਨੂੰ ਇਹ ਅਬਲਾਵਾਂ ਆਪਣੇ ਆਪ ਨੂੰ ਜਿਹੜਾ ਬੜੀ ਮੁਸ਼ਕਲ ਨਾਲ ਉਹਨਾਂ ਦੀਆਂ ਭੇੜੀਆਂ ਨਜ਼ਰਾਂ ਤੋਂ ਬਚਾਉਂਦੀਆਂ ਹਨ ਜਿੱਥੇ ਇੱਕ ਪਾਸੇ ਇਹਨਾਂ ਦੇ ਜਿਹੜਾ ਆਪਣੇ ਜਿਹੜੇ ਬੱਚੇ ਦਾ ਜਾਂ ਬੱਚਿਆਂ ਦਾ ਪਾਲਣ ਪੋਸ਼ਣ ਕਰਨ ਦੀ ਜ਼ਿੰਮੇਵਾਰੀ ਹੁੰਦੀ ਹੈ, ਸਖ਼ਤ ਮਿਹਨਤ ਕਰਕੇ ਇਹਨਾਂ ਨੇ ਪਾਲਣ ਪੋਸ਼ਣ ਕਰਨਾ ਹੁੰਦਾ ਹੈ ਤੇ ਦੂਸਰੇ ਦੇ ਘਰਾਂ ਦੇ ਵਿੱਚ ਖੇਤਾਂ ਦੇ ਵਿੱਚ ਜਾ ਕੇ ਕੰਮ ਕਰਨਾ ਹੁੰਦਾ ਹੈ। ਉੱਥੋਂ ਜਿਹੜੇ ਸਾਡੇ ਸਮਾਜ ਵਿਰੋਧੀ ਅਨਸਰ ਨੇ ਜਿਹੜੇ ਫਿਊਡਲਿਸਟਿਕ ਸੋਚ ਦੇ ਵਿਅਕਤੀ ਨੇ ਜਿਹੜੇ ਕਿ ਜਿਹੜਾ ਹੈ ਕਿਸੇ ਦੀ ਧੀ ਭੈਣ ਦੀ ਇੱਜ਼ਤ ਜਿਹੜੀ ਹੈ ਉਹ ਨਹੀਂ ਕਰਨਾ ਜਾਣਦੇ ਤੇ ਉਹਨਾਂ ਦਾ ਸਿਰਫ ਇੱਕੋ ਇੱਕ ਅੰਤਮ ਉਦੇਸ਼ ਹੁੰਦਾ ਹੈ ਵੀ ਉਹ ਆਪਣੀਆਂ ਜਿਹੜੀਆਂ ਨੇ ਕਾਮ ਵਾਸ਼ਨਾਵਾਂ ਕਿਸੇ ਵੀ ਢੰਗ ਨਾਲ ਤ੍ਰਿਪਤ ਕਰ ਸਕਣ, ਉਹਨਾਂ ਦੇ ਉੱਤੇ ਵੀ ਚੋਟ ਹੈ ਤੇ ਅਜਿਹੀਆਂ ਨਜ਼ਰਾਂ ਤੋਂ ਜਿਹੜਾ ਆਪਣੇ ਆਪ ਨੂੰ ਬਚਾਉਣ ਲਈ ਇਹ ਜਿਹੜੀਆਂ ਅਬਲਾਵਾਂ ਨੇ, ਮਾਵਾਂ ਨੇ, ਮੁਟਿਆਰਾਂ ਨੇ, ਇਹ ਆਪਣਾ ਮੂੰਹ ਜਿਹੜਾ ਹੈ ਨੀਵਾਂ ਰੱਖਣ ਦੇ ਲਈ ਮਜਬੂਰ ਹੁੰਦੀਆਂ ਹਨ। ਹਾਂ ਬੇਟਾ, ਆਪਾਂ ਜਿਹੜਾ ਹੈ ਇਸ ਦੇ ਤੁਹਾਡੇ ਪਾਠ ਦੇ ਅੰਤ ਦੇ ਵਿੱਚ ਜਿਹੜੇ ਦਿੱਤੇ ਗਏ ਕਵਿਤਾ ਦੇ ਅੰਤ ਵਿੱਚ ਦਿੱਤੇ ਗਏ ਅਭਿਆਸ ਦੇ ਪ੍ਰਸ਼ਨ ਜਿਹੜੇ ਇਹਨਾਂ ਤੇ ਚਰਚਾ ਕਰਾਂਗੇ। ਊੜਾ ਭਾਗ ਹੈ ਆਪਣੀ ਪੰਜਾਬੀ ਲਾਜ਼ਮੀ ਦੀ ਪਾਠ ਪੁਸਤਕ 'ਚ ਦਰਜ ਹਰਿਭਜਨ ਸਿੰਘ ਦੀ ਕਵਿਤਾ ਦਾ ਸਿਰਲੇਖ ਲਿਖੋ। ਇਹ ਬੇਟਾ ਜੋ ਤੁਹਾਡੇ ਸਿਲੇਬਸ ਦੇ ਵਿੱਚ ਕਵਿਤਾ ਹੈ ਉਹ ਉਸਦਾ ਸਿਰਲੇਖ ਹਰਭਜਨ ਸਿੰਘ ਜੀ ਦੀ ਕਵਿਤਾ ਦਾ ਸਿਰਲੇਖ ਮੇਰਾ ਬਚਪਨ ਹੈ। ਮੇਰਾ ਬਚਪਨ ਕਵਿਤਾ ਕਿਸ ਸ਼ਾਇਰ ਦੀ ਰਚਨਾ ਹੈ? ਸ਼ਾਇਰ ਬੇਟਾ ਕਵੀ ਹੁੰਦਾ ਹੈ ਤੇ ਇਹ ਰਚਨਾ ਹਰਭਜਨ ਸਿੰਘ ਜੀ ਦੀ ਹੈ। ਮੇਰਾ ਬਚਪਨ ਕਵਿਤਾ ਵਿੱਚ ਕਿਸ ਰਿਸ਼ਤੇ ਦੀ ਗੈਰ ਹਾਜ਼ਰੀ ਕਾਰਨ ਬੱਚੇ ਦਾ ਬਚਪਨ ਰੁੱਲ ਜਾਂਦਾ ਹੈ? ਹਾਂ ਬੇਟਾ, ਜਿਹੜਾ ਹੈ ਪਿਤਾ ਦੀ ਗੈਰ ਹਾਜ਼ਰੀ ਕਾਰਨ ਬੱਚੇ ਦਾ ਬਚਪਨ ਰੁੱਲ ਜਾਂਦਾ ਹੈ। ਪੁੱਤਰ ਦੇ ਛੇਤੀ ਸੱਸਾ ਪਾ ਕੇ ਪੁੱਤਰ ਦੇ ਛੇਤੀ ਛੇਤੀ ਗੱਭਰੂ ਹੋਣ ਦੀ ਲੋਚਾ ਕਿਸ ਦੇ ਮਨ ਵਿੱਚ ਹੈ? ਲੋਚਾ ਮਤਲਬ ਹੁੰਦਾ ਬੇਟਾ ਇੱਛਾ, ਚਾਹ ਜਾਂ ਇੱਛਾ। ਮੇਰਾ ਬਚਪਨ ਕਵਿਤਾ ਦੇ ਆਧਾਰ ਤੇ ਦੱਸੋ। ਹਾਂ ਬੇਟਾ, ਮਾਂ ਦੇ ਜਿਹੜਾ ਹੈ ਮਨ ਦੀ ਲੋਚਾ ਹੈ ਕਿ ਉਸਦਾ ਪੁੱਤਰ ਛੇਤੀ ਛੇਤੀ ਗੱਭਰੂ ਹੋ ਜਾਵੇ, ਛੇਤੀ ਛੇਤੀ ਜਵਾਨ ਹੋ ਜਾਵੇ। ਹਾਂ ਬੇਟਾ, ਅੱਗੇ ਹਾਹਾ ਭਾਗ ਹੈ, ਖਾਲੀ ਥਾਂ ਦਿੱਤੀ ਗਈ ਹੈ ਕਵਿਤਾ ਦੇ ਵਿੱਚੋਂ, ਢੁਕਵਾਂ ਸ਼ਬਦ ਚੁਣ ਕੇ ਜਿਹੜਾ ਹੈ ਇੱਥੇ ਆਪਾਂ ਖਾਲੀ ਥਾਂ ਭਰਨੀ ਹੈ। ਕਦੇ ਕਦੇ ਬਾਲਾਂ ਦੇ ਕੁੱਛੜ ਸੋਣ ਨਿਚਿੰਤ ਡੈਸ਼ ਮਾਵਾਂ, ਨਿਕਰਮਨ ਮਾਵਾਂ, ਨਿਕਰਮਨ ਹੁੰਦਾ ਕਰਮਾਂ ਦੀਆਂ ਮਾਰੀਆਂ ਹੋਈਆਂ ਮਾੜੀ ਕਿਸਮਤ ਵਾਲੀਆਂ, ਜਿਹੜਾ ਹੈ ਉਹ ਮਾੜੇ ਕਰਮਾਂ ਵਾਲੀਆਂ।
कक्का भाग है मेरा बचपन कविता च मां ने अपने हथी अपने पति की चिता जलाई सी। बेटा ये कथन आपां ठीक है जां गलत है इसका निर्णय करना है। ये कथन बेटा कविता के आधार से ठीक है। कक्का भाग इंदा मेरा बचपन कविता विच मूल रूप विच रिश्ता विचरदा नजर आउंदा है। विचरदा की है रिश्ता जेड़ा है वह पुगदा रिश्ता चलदा जेड़ा है नजर आउंदा। चार ऑप्शन दित्तियां गईयां ने उड़ा भाग है मां पुत दा रिश्ता है आड़ा भाग प्यो धी दा रिश्ता है ते इड़ी भाग भैन भरा दा रिश्ता है ते सस्सा भाग जेड़ा है वह नौ पुत दा रिश्ता है। इहदे विच बेटा उड़ा भाग है इस कविता दे विच मां पुत दे रिश्ते दी जिहड़ी गल है वह कीती गई है। हुण बेटा अगला जेड़ा दूजा प्रश्न तुहाडा है वह है कविता दा केंद्री भाव। आपां कविता दा केंद्री भाव करदे हां। इस कविता दा केंद्री भाव यह है कि जिस जेड़ा बच्चे दा पिता जेड़ा है बचपन विच किसे दे बच्चे दी पिता दी मौत हो जांदी है तां उसका बचपन जेड़ा है वह कदे वापस नहीं आउंदा ते वह हमेशा लई उसका बचपन रुल जांदा है ते खास करके उदों जदों बच्चे दी उम्र जेड़ा है दो तीन चार जां पांच साल दी हुंदी है ते जेड़ा है ओ बच्चा देखदा है भी उसकी मां दे बुल्लां दे उत्ते जेड़ा है कदे भी कोई खुशियां भरी जेड़ी उसने मुस्कुराहट नहीं वेखी ते ओ मेहनत मुशक्कत करदी हुई दुनिया दीयां भैणियां नजरां तो बचदी हुई शर्माउंदी हुई अपनियां नजरां जिहड़ियां थल्ले रखदी है ते रात नूं भी जेड़ा है मां पुत्र इकल्ले पैंदे हन ते रात दा पाला जेड़ा है सुन्नी रात दा पाला पाले दे विच जड़े ने वो इस तरह मतलब पए हुंदे हन जिवें दो बूटे जड़े ने वो कुमला के जड़ा एक दूजे दे बाहां दे विच बाहां पा के सुते होण। हां बेटा जड़ा बच्चे नू जड़ा है वो कदे भी जड़ी है वो एक राजा सी एक राणी सी जां जड़ियां कहानियां जड़ी मां बातां पाउंदी है बच्चे नू सुणाउंदी है बचपन दे विच वो उस नू जड़ा सुनन नू नहीं मिलियां ते ओ बच्चा ही जड़ा है मां दे लई उस दे दुख दर्द दा हानी है जड़ा उस दे इक दे नाल जड़ा है ओ लग के सुत्ता हुंदा है ते मां सोचदी है भी उसदा बाप जिथे चला गया है उत्थे किसे तरह दा कोई पाप नजर नहीं आउणा चाहीदा ते उसदा ओ चाहुंदी है भी उसदी कामना है उसदी लोचा है कि उसदा बेटा जड़ा है जल्दी जल्दी गभरू हो जावे ते ओ मतलब जड़ा है निश्चिंत हो के निकम्मर मां जिहड़ी है उसदे जवान होने तो बाद ओ सौ सके ते अगे बेटा जिहड़ा है ओ होर भी एक भाव जिहड़ा इहदे विच आया है भी माता दा ओला ते उसदी छां दा परछावां। वैसे एक होर भी भाव व्यक्त किया गया भी वैसे तक जड़ा कवि कहिंदा है भी सारियां मावां सोहणियां हुंदियां हन मां जिहड़ी है कोई भी करूप नहीं हुंदी कोई माड़ी नहीं हुंदी ते जड़ा है ओ फिर भी उसकी मां जड़ी उस नूं सब तो जड़ी है चंगी नजर जड़ी है आउंदी है ते ओ मतलब जड़ी है उसकी छां दे विच रहना चाहुंदा है ते जड़ा कवि कहिंदा भी ओ बड़ा लुक छिप के जड़ा है ओ अपने जड़ी है किसे स्कूल दे विच ओ जड़ी विद्या जड़ी है ओ प्राप्त करदा है ते हां उसका बचपन जड़ा है ओ किसे भी तरह जड़ा है ओ वापस आउन वाला नहीं हैगा। एक दिन उसकी मां जड़ी उस नूं दसदी है भी किस तरह जड़ा है उसने जड़ा है उसदे पिता दी मौत होने उपरंत अपने ही हत्थां दे नाल उसदा उसदी अर्थी जड़ी है उसदी डेड बॉडी मृत शरीर जड़ा साड़ के आई सी ते किस तरह उसने जड़ा है उसदे अपने जड़ा बच्चे दे बचपन नूं जड़ा है लंबू लाया सी ते कवि जड़ा पुछदा है कि जड़ा कि हुण जवान हो चुका है पिता दे साए तो बगैर ओ भी कहिंदा भी मेरा बचपन जड़ा है ओ कदों मतलब जेड़ा मेरा बचपन जेड़ा है ओ उस समय नहीं आया जदों मैं तीन तीन चार पांच साल दा हैगा सी ते मेरा बचपन हुण कदों वापस आएगा ओ बचपन मेरा वापस आउण वाला नहीं हैगा ते इस करके जेड़ा है ओ आ जेड़े भाव बेटा व्यक्त किते गए ने इहदे विच वधिया वधिया जे संखेप जेड़ा चुण के तुसी केंद्री भाव जेड़ा डिवेलप कर लो ते केंद्री भाव जेड़ा है तुहाडा पुछिया जाऊगा तुहाडा जेड़ा है कविता दा ते अपनी स्टे होम स्टे सेफ एट होम फ्रॉम टू अवॉइड फ्रॉम कोरोना पैंडमिक। थैंक यू वेरी मच। ओके।